ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਹੋਸਟ ਰਜਿੰਦਰ ਬਰਾੜ ਅਤੇ ਤੁਸੀਂ ਦੇਖ ਰਹੇ ਹੋ RB ਪੰਜਾਬੀ ਫਨ ਚੈਨਲ। ਦੋਸਤੋ, ਜੇਕਰ ਤੁਸੀਂ ਅੱਜ ਦੀ ਗੱਲ ਕਰੋ ਤਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅੱਜ ਹਰੇਕ ਜਿਹੜਾ ਪੰਜਾਬੀ ਸਿੰਗਰ ਆ ਉਹ ਆ ਰਿਹਾ। ਹਾਲਾਂਕਿ ਉਹਨਾਂ ਦਾ ਪਹਿਲਾਂ ਤੋਂ ਇੱਕ ਬਹੁਤ ਸਟਰੋਂਗ ਫੈਨ ਬੇਸ ਹੁੰਦਾ। ਜੇਕਰ ਤੁਸੀਂ ਸਿੰਗਰ ਬੈਕਗ੍ਰਾਉਂਡ ਤੋਂ ਨਹੀਂ ਤਾਂ ਤੁਹਾਡੇ ਲਈ ਕਾਫੀ ਮੁਸ਼ਕਲ ਹੋ ਜਾਂਦਾ ਕਿ ਤੁਸੀਂ ਫਿਲਮਾਂ ਦੇ ਵਿੱਚ ਆਓ ਅਤੇ ਸਕਸੈਸ ਹਾਸਲ ਕਰੋ, ਕਿਉਂਕਿ ਤੁਹਾਡੇ ਪਹਿਲਾਂ ਤੋਂ ਫੈਨ ਨਹੀਂ ਜੁੜੇ ਹੁੰਦੇ। ਪਰ ਆਪਾਂ ਅੱਜ ਇਸ ਵੀਡੀਓ ਰਾਹੀਂ ਇੱਕ ਅਜਿਹੇ ਪੰਜਾਬੀ ਐਕਟਰ ਦੀ ਗੱਲ ਕਰਾਂਗੇ ਜਿਹੜੇ ਪੰਜਾਬੀ ਫਿਲਮਾਂ ਦੇ ਵਿੱਚ ਸਿੰਗਰ ਨਾ ਹੋਣ ਦੇ ਬਾਵਜੂਦ ਵੀ ਆਏ ਅਤੇ ਉਹਨਾਂ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ। ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਾਂ ਅੱਜ ਇਸ ਵੀਡੀਓ ਰਾਹੀਂ ਦੇਵ ਖਰੌੜ ਸਾਹਿਬ ਦੀ ਗੱਲ ਕਰਾਂਗੇ, ਜੋ ਕਿ ਇਸ ਟਾਈਮ ਪੰਜਾਬੀ ਫਿਲਮ ਦੇਖਣ ਦੇ ਸ਼ੌਕੀਨ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਆ, ਜੋ ਕਿ ਰੀਅਲ ਕਰੈਕਟਰ ਦੇ ਨਾਲ ਆਉਂਦੇ ਆ ਅਤੇ ਲੋਕਾਂ ਦੇ ਦਿਲਾਂ ਦੇ ਉੱਪਰ ਛਾ ਜਾਂਦੇ ਆ। ਸੋ ਉਹਨਾਂ ਦੀ ਆਪਾਂ ਲਾਈਫ ਬਾਰੇ ਗੱਲ ਕਰਾਂਗੇ, ਆਪਾਂ ਉਹਨਾਂ ਦੀ ਫੈਮਿਲੀ ਦੀ ਗੱਲ ਕਰਾਂਗੇ ਅਤੇ ਇਹ ਗੱਲ ਕਰਾਂਗੇ ਕਿ ਕੀ ਦੇਵ ਖਰੌੜ ਦੀ ਮੈਰਿਜ ਹੋ ਚੁੱਕੀ ਆ ਜਾਂ ਨਹੀਂ। ਇਸ ਤੋਂ ਇਲਾਵਾ ਉਹਨਾਂ ਦੀ ਇੱਕ ਨਵੀਂ ਮੂਵੀ ਵੀ ਆ ਚੁੱਕੀ ਆ, ਕਾਕਾ ਜੀ, ਜੋ ਕਿ ਇੰਨੀ ਦਿਨੀ ਥੀਏਟਰ ਦੇ ਵਿੱਚ ਚੱਲ ਰਹੀ ਆ। ਸੋ ਉਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ ਮੂਵੀ ਤੁਹਾਨੂੰ ਦੇਖਣੀ ਚਾਹੀਦੀ ਹੈ ਕਿ ਨਹੀਂ, ਕਿੱਦਾਂ ਦੀ ਮੂਵੀ ਆ, ਸੋ ਉਹ ਵੀ ਆਪਾਂ ਗੱਲਬਾਤ ਕਰਾਂਗੇ। ਸੋ ਦੋਸਤੋ, ਤੁਹਾਨੂੰ ਰਿਕੁਐਸਟ ਆ ਕਿ ਤੁਸੀਂ ਜੇਕਰ ਦੇਵ ਖਰੌੜ ਦੇ ਫੈਨ ਆ, ਉਹਨਾਂ ਦੀਆਂ ਮੂਵੀਜ਼ ਦੇਖਣ ਦੇ ਫੈਨ ਆ, ਤਾਂ ਇਹ ਵੀਡੀਓ ਪੂਰੀ ਦੇਖੋ, ਕਿਉਂਕਿ ਆਪਾਂ ਇਸ ਵੀਡੀਓ ਰਾਹੀਂ ਦੇਵ ਖਰੌੜ ਦੀ ਲਾਈਫ ਬਾਰੇ, ਉਹਨਾਂ ਦੇ ਫੈਮਿਲੀ ਬਾਰੇ ਗੱਲਬਾਤ ਕਰਾਂਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰੇ, ਮੈਂ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਕਰਦਾ ਕਿ ਜੇਕਰ ਤੁਸੀਂ ਆਪਣਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਰੇ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ। ਮੈਂ ਇੱਦਾਂ ਦੀਆਂ ਵੀਡੀਓਜ਼ ਹਰ ਰੋਜ਼ ਤੁਹਾਡੇ ਲਈ ਲੈ ਕੇ ਆਉਣਾ ਜੋ ਕਿ ਪੰਜਾਬੀ ਦੇ ਵਿੱਚ ਹੁੰਦੀਆਂ। ਅਤੇ ਦੇਵ ਖਰੌੜ ਦੇ ਫੈਨ, ਜੇਕਰ ਉਹਨਾਂ ਦੀਆਂ ਤੁਸੀਂ ਮੂਵੀਜ਼ ਰੁਪਿੰਦਰ ਗਾਂਧੀ ਜਾਂ ਡਾਕੂਆਂ ਦਾ ਮੁੰਡਾ ਦੇਖ ਚੁੱਕੇ ਆ, ਤਾਂ ਇੱਕ ਉਹਨਾਂ ਲਈ ਲਾਈਕ ਜ਼ਰੂਰ ਕਰੋ ਜੇਕਰ ਤੁਹਾਨੂੰ ਉਹਨਾਂ ਦੀਆਂ ਮੂਵੀਜ਼ ਵਧੀਆ ਲੱਗੀਆਂ। ਅਤੇ ਜੇਕਰ ਦੇਵ ਖਰੌੜ ਤੁਹਾਨੂੰ ਵਧੀਆ ਐਕਟਰ ਲੱਗਦਾ ਤਾਂ ਦੇਵ ਖਰੌੜ ਜਿੰਦਾਬਾਦ ਲਿਖਣਾ ਨਾ ਭੁੱਲੋ। ਸੋ ਆਪਾਂ ਬਿਨਾਂ ਟਾਈਮ ਗਵਾਏ ਦੇਵ ਖਰੌੜ ਬਾਰੇ ਗੱਲਬਾਤ ਕਰ ਲੈਂਦੇ ਹਾਂ। ਦੋਸਤੋ, ਦੇਵ ਖਰੌੜ ਦਾ ਜਨਮ 22 ਅਪ੍ਰੈਲ ਨੂੰ ਪਟਿਆਲਾ 'ਚ ਹੋਇਆ ਅਤੇ ਦੇਵ ਖਰੌੜ ਦੀ ਜਿਹੜੀ ਪੱਕੀ ਰਿਹਾਇਸ਼ ਆ, ਜਿਹੜਾ ਉਹਨਾਂ ਦਾ ਘਰ ਆ, ਉਹ ਵੀ ਪਟਿਆਲਾ ਦੇ ਵਿੱਚ ਹੀ ਆ। ਅਤੇ ਦੇਵ ਖਰੌੜ ਨੇ ਆਪਣੀ ਗ੍ਰੈਜੂਏਸ਼ਨ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਪੂਰੀ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਵ ਖਰੌੜ ਐਕਟਿੰਗ ਦੀਆਂ ਬਰੀਕੀਆਂ ਸਿੱਖਣ ਲੱਗ ਪਏ ਅਤੇ 2008 ਦੇ ਵਿੱਚ ਉਹਨਾਂ ਨੇ ਹਸ਼ਰ ਮੂਵੀ ਰਾਹੀਂ ਦੇਵ ਖਰੌੜ ਨੇ ਪੰਜਾਬੀ ਫਿਲਮਾਂ ਦੇ ਵਿੱਚ ਐਂਟਰੀ ਕੀਤੀ, ਜਿਸ ਦੇ ਵਿੱਚ ਕਿ ਬੱਬੂ ਮਾਨ ਮੇਨ ਰੋਲ ਦੇ ਵਿੱਚ ਸੀ। ਹਾਲਾਂਕਿ ਇਸ ਮੂਵੀ ਦੇ ਵਿੱਚ ਦੇਵ ਖਰੌੜ ਨੇ ਵਿਲਨ ਦਾ ਰੋਲ ਪਲੇ ਕੀਤਾ, ਪਰ ਇਸ ਮੂਵੀ ਦੇ ਹਿੱਟ ਹੋਣ ਦੇ ਨਾਲ ਨਾਲ ਦੇਵ ਖਰੌੜ ਆਪਣੀ ਇੱਕ ਅਲੱਗ ਪਹਿਚਾਣ ਬਣਾ ਚੁੱਕੇ ਸੀ। ਦੇਵ ਖਰੌੜ ਹਮੇਸ਼ਾ ਤੋਂ ਇੱਦਾਂ ਦੀਆਂ ਮੂਵੀਆਂ ਕਰਦੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਸਟਰੋਂਗ ਮੈਸੇਜ ਜ਼ਰੂਰ ਹੁੰਦਾ, ਜਿਵੇਂ ਕਿ ਉਹਨਾਂ ਨੇ 2010 ਦੇ ਵਿੱਚ ਕੀਤੀ ਕਬੱਡੀ ਇੱਕ ਮੁਹੱਬਤ, ਜਿਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਕਬੱਡੀ ਨਸ਼ਿਆਂ ਦਾ ਖੇਡ ਨਹੀਂ ਬਲਕਿ ਇਹ ਜ਼ੋਰ ਅਤੇ ਤਾਕਤ ਦਾ ਖੇਡ ਆ। ਦੋਸਤੋ, ਦੱਸ ਦਈਏ ਕਿ ਉਸ ਟਾਈਮ ਕਾਫੀ ਜ਼ਿਆਦਾ ਜਿਹੜੇ ਕਬੱਡੀ ਦੇ ਖਿਡਾਰੀ ਸੀ ਉਹ ਟੀਕੇ ਲਾ ਕੇ ਅਤੇ ਨਸ਼ਿਆਂ ਦਾ ਇਸਤੇਮਾਲ ਕਰਕੇ ਕਬੱਡੀ ਖੇਡਦੇ ਸੀ। ਸੋ ਕਬੱਡੀ ਇੱਕ ਬਦਨਾਮੀ ਦੇ ਵੱਲ ਜਾਂਦਾ ਹੋਇਆ ਖੇਡ ਦਿਖਾਈ ਦਿੰਦਾ ਸੀ। ਸੋ ਉਸੇ ਟਾਈਮ ਦੇਵ ਖਰੌੜ ਇੱਕ ਅਜਿਹੀ ਫਿਲਮ ਲੈ ਕੇ ਆਏ ਜਿਸ ਨੇ ਕਿ ਕਬੱਡੀ ਵਰਗੀ ਖੇਡ ਦੀ ਛਵੀ ਨੂੰ ਬਹੁਤ ਜ਼ਿਆਦਾ ਸੁਧਾਰਿਆ। ਸੋ ਲੋਕਾਂ ਨੇ ਦੇਵ ਖਰੌੜ ਦੀ ਐਕਟਿੰਗ ਅਤੇ ਇਸ ਫਿਲਮ ਨੂੰ ਅਤੇ ਇਸ ਫਿਲਮ ਦੇ ਵਿਚਲੇ ਮੈਸੇਜ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਸੋ ਕਹਿ ਸਕਦੇ ਹਾਂ ਕਿ ਦੇਵ ਖਰੌੜ ਇਸ ਮੂਵੀ ਰਾਹੀਂ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ। ਦੋਸਤੋ, ਜੇਕਰ ਆਪਾਂ ਦੇਵ ਖਰੌੜ ਦੇ ਟਰਨਿੰਗ ਪੁਆਇੰਟ ਦੀ ਗੱਲ ਕਰੀਏ ਪੰਜਾਬੀ ਫਿਲਮਾਂ ਦੇ ਵਿੱਚ, ਹਾਲਾਂਕਿ ਦੇਵ ਖਰੌੜ ਪਹਿਲਾਂ ਤੋਂ ਹੀ ਬਹੁਤ ਵਧੀਆ ਮੂਵੀਜ਼ ਕਰਦੇ ਆ ਰਹੇ ਸੀ, ਦਰਸ਼ਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਸੀ, ਪਰ ਜਦੋਂ ਉਹਨਾਂ ਦੀ ਮੂਵੀ 2015 ਦੇ ਵਿੱਚ ਰੁਪਿੰਦਰ ਗਾਂਧੀ ਦੀ ਗੈਂਗਸਟਾਰ ਆਈ ਤਾਂ ਦੇਵ ਖਰੌੜ ਦੇ ਜਿਹੜੇ ਫੈਨ ਸੀ ਉਹ ਲੱਖਾਂ ਤੋਂ ਕਰੋੜਾਂ ਦੇ ਵਿੱਚ ਉਹਨਾਂ ਦੀ ਗਿਣਤੀ ਪਹੁੰਚ ਗਈ। ਸੋ ਕਹਿ ਸਕਦੇ ਹਾਂ ਕਿ ਦੇਵ ਖਰੌੜ ਦੇ ਰੁਪਿੰਦਰ ਗਾਂਧੀ ਦੀ ਗੈਂਗਸਟਾਰ ਦੇ ਵਿੱਚ ਰੁਪਿੰਦਰ ਗਾਂਧੀ ਦੇ ਕਰੈਕਟਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਸੋ ਇਹੀ ਕਾਰਨ ਸੀ ਰੁਪਿੰਦਰ ਗਾਂਧੀ ਇੱਕ ਵਾਰ ਫਿਰ ਤੋਂ ਰੁਪਿੰਦਰ ਗਾਂਧੀ ਦੀ ਰੋਬਨ ਹੁੱਡ ਲੈ ਕੇ ਆਏ, ਜਿਸ ਨੂੰ ਕਿ ਪਹਿਲੇ ਰੁਪਿੰਦਰ ਗਾਂਧੀ ਨਾਲੋਂ ਵੀ ਜ਼ਿਆਦਾ ਪਿਆਰ ਦਿੱਤਾ ਗਿਆ। ਸੋ ਰੁਪਿੰਦਰ ਗਾਂਧੀ ਰੀਅਲ ਕਰੈਕਟਰ ਨੂੰ ਲੈ ਕੇ ਕਾਫੀ ਜ਼ਿਆਦਾ ਡਾਇਰੈਕਟਰਸ ਦੀ ਪਸੰਦ ਬਣ ਚੁੱਕੇ ਸੀ। ਸੋ ਹਰ ਡਾਇਰੈਕਟਰ ਦੀ ਇਹ ਮੰਗ ਸੀ ਕਿ ਰੁਪਿੰਦਰ ਗਾਂਧੀ ਨੂੰ ਜੇਕਰ ਕੋਈ ਰੀਅਲ ਬਾਇਓਪਿਕ ਆ ਕਿਸੇ ਦੇ ਉੱਪਰ ਤਾਂ ਉਹ ਰੁਪਿੰਦਰ ਗਾਂਧੀ ਕਰਨ। ਸੋ ਦੋਸਤੋ, ਹੁਣ ਆਪਾਂ ਮੂਵੀਜ਼ ਤੋਂ ਹਟ ਕੇ ਜੇਕਰ ਦੇਵ ਖਰੌੜ ਦੀ ਹੋਬੀਜ਼ ਦੀ ਗੱਲ ਕਰੀਏ ਤਾਂ ਜਿਮ ਉਹਨਾਂ ਦੀ ਹੋਬੀ ਹੈ ਅਤੇ ਦੇਵ ਖਰੌੜ ਬਹੁਤ ਜ਼ਿਆਦਾ ਫਿੱਟ ਦਿਖਾਈ ਦਿੰਦੇ। ਇਸ ਤੋਂ ਇਲਾਵਾ ਉਹਨਾਂ ਦਾ ਫੇਵਰੇਟ ਐਕਟਰ ਜਿਹੜਾ ਉਹ ਸਲਮਾਨ ਖਾਨ ਆ ਅਤੇ ਉਹਨਾਂ ਦੀ ਫੇਵਰੇਟ ਐਕਟਰਸ ਆਲੀਆ ਭੱਟ ਆ। ਸੋ ਦੋਸਤੋ, ਹੁਣ ਆਪਾਂ ਉਹਨਾਂ ਦੀ ਜਿਹੜੀ ਨਵੀਂ ਮੂਵੀ ਚੱਲ ਰਹੀ ਹੈ ਕਾਕਾ ਜੀ ਬਾਰੇ ਗੱਲਬਾਤ ਕਰ ਲੈਂਦੇ ਹਾਂ। ਦੋਸਤੋ, ਕਾਕਾ ਜੀ ਮੂਵੀ ਮੈਂ ਦੇਖ ਚੁੱਕਿਆ, ਜੇਕਰ ਮੈਂ ਆਪਣੇ ਪਰਸਨਲ ਰਿਵਿਊ ਦੇਵਾਂ ਉਹਨਾਂ ਬਾਰੇ ਤਾਂ ਮੈਂ ਕਹੂੰਗਾ ਕਿ ਜਿਹੜਾ ਫਸਟ ਹਾਫ ਆ ਮੂਵੀ ਦਾ ਉਹ ਠੀਕ ਠਾਕ ਆ, ਤੁਹਾਨੂੰ ਬਹੁਤ ਜ਼ਿਆਦਾ ਸ਼ਾਇਦ ਪਸੰਦ ਨਹੀਂ ਆਉਣ ਵਾਲਾ, ਪਰ ਜਿਹੜਾ ਸੈਕਿੰਡ ਹਾਫ ਆ ਉਹ ਬਹੁਤ ਵਧੀਆ, ਜਿਹੜਾ ਸੈਕਿੰਡ ਹਾਫ ਦਾ ਟਾਈਮ ਆ ਉਹ ਤੁਹਾਨੂੰ ਮੂਵੀ ਦੇ ਵਿੱਚ ਪੂਰੀ ਤਰ੍ਹਾਂ ਬੰਨੀ ਰੱਖੂਗਾ। ਹਾਲਾਂਕਿ ਤੁਹਾਨੂੰ ਫਸਟ ਹਾਫ ਦੇ ਵਿੱਚ ਲੱਗੂਗਾ ਕਿ ਸ਼ਾਇਦ ਮੂਵੀ ਇਹ ਕਿਤੇ ਵੀ ਜਾ ਕੇ ਵਧੀਆ ਨਹੀਂ ਬਣੂਗੀ, ਪਰ ਸੈਕਿੰਡ ਹਾਫ ਦੇ ਵਿੱਚ ਤੁਹਾਨੂੰ ਇਹ ਮੂਵੀ ਵਧੀਆ ਲੱਗੇਗੀ।
ਸੋ ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਮੂਵੀ ਤੁਹਾਨੂੰ ਦੇਖਣੀ ਚਾਹੀਦੀ ਕਾਕਾ ਜੀ, ਕਿਉਂਕਿ ਇਹ ਮੂਵੀ ਸੈਂਕੜ ਹਾਫ ਦੇ ਵਿੱਚ ਪੂਰੀ ਤਰ੍ਹਾਂ ਐਂਟਰਟੇਨਮੈਂਟ ਨਾਲ ਭਰਪੂਰ ਆ। ਸੋ ਸਾਨੂੰ ਤੁਹਾਡੇ ਕਮੈਂਟਸ ਦਾ ਇੰਤਜ਼ਾਰ। ਇਸ ਤੋਂ ਇਲਾਵਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲੋ ਅਤੇ ਹੋਰ ਵੀਡੀਓਜ਼ ਦੇ ਲਈ ਵੀਰੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ।